ਅੱਜ ਪੁਲਿਸ ਲਾਈਨ ਵਿਖੇ ਡੀਸੀਪੀ ਅਸ਼ਵਨੀ ਕਪੂਰ ਅਤੇ ਏਡੀਸੀਪੀ ਹੈੱਡਕੁਆਰਟਰ ਦੀਪਕ ਪਾਰਕ ਦੀ ਦੇਖਰੇਖ ਵਿੱਚ ਪੁਲਿਸ ਪਬਲਿਕ ਫਾਊਂਡੇਸ਼ਨ ਅਤੇ ਸੀਆਈਏ ਨੇ ਮਿਲ ਕੇ ਇੱਕ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ ਉੱਚ ਕੋਟੀ ਦੇ ਡਾਕਟਰ ਪਹੁੰਚੇ ਜਿਨ੍ਹਾਂ ਨੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਚੈੱਕਅਪ ਕੀਤਾ। ਇਸ ਮੌਕੇ ਲੁਧਿਆਣੇ ਦੇ ਕਮਿਸ਼ਨਰ ਸਰਦਾਰ ਸੁਖਚੈਨ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ। ਅੱਜ ਇੱਥੇ ਪੁਲਿਸ ਲਾਈਨ ਦੇ ਵਿੱਚ ਪੁਲਿਸ ਪਬਲਿਕ ਫਾਊਂਡੇਸ਼ਨ ਔਰ ਸੀਆਈਆਈ ਦੇ ਸਹਿਯੋਗ ਦੇ ਨਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਬੜੇ ਹੀ ਐਕਸਪਰਟ ਡਾਕਟਰਸ ਜਿਹੜੇ ਆ ਉਹ ਮੈਡੀਕਲ ਚੈੱਕਅਪ ਕਰਨਗੇ ਜਿਹਦੇ ਵਿੱਚ ਨਿਊਰੋ ਸਰਜਨਸ ਵੀ ਆ, ਗੈਸਟਰੋਇੰਟੋਲੋਜਿਸਟ ਵੀ ਆ, ਸਕਿਨ ਸਪੈਸ਼ਲਿਸਟ ਵੀ ਆ ਔਰ ਕੈਂਸਰ ਸਪੈਸ਼ਲਿਸਟ ਵੀ ਡਾਕਟਰ ਨੇ। ਸੋ ਇਹ ਡਾਕਟਰ ਸਾਹਿਬਾਨ ਜਿਹੜੇ ਨੇ ਇਹ ਸਾਰਿਆਂ ਦਾ ਪਹਿਲਾਂ ਪ੍ਰੀਲਿਮਨਰੀ ਚੈੱਕਅਪ ਕਰਕੇ ਜਿਹੜੇ ਰੁਟੀਨ ਵਾਲੇ ਟੈਸਟ ਹੁੰਦੇ ਆ ਉਹਨਾਂ ਤੋਂ ਇਲਾਵਾ ਬਲੱਡ ਦੇ ਸਾਰੇ ਟੈਸਟ ਔਰ ਜਿਹੜੇ ਸਪੈਸ਼ਲਾਈਜ਼ਡ ਟੈਸਟ ਹੁੰਦੇ ਆ ਕਿਸੇ ਇੱਕ ਡਿਜ਼ੀਜ਼ ਨੂੰ ਵਾਸਤੇ ਉਹਦੇ ਵਾਸਤੇ ਵੀ ਟੈਸਟ ਕਰਨਗੇ ਔਰ ਜਿਹਨੂੰ ਅੱਗੇ ਫਰਦਰ ਕਿਸੇ ਮੈਡੀਕਲ ਦੀ ਜ਼ਰੂਰਤ ਹੋਏਗੀ ਉਹਨਾਂ ਨੂੰ ਸੀਆਈਆਈ ਔਰ ਪੀਪੀਐਫ ਦੇ ਸਹਿਯੋਗ ਦੇ ਨਾਲ ਉਹਨਾਂ ਕੰਸਰਨਡ ਹਸਪਿਟਲਸ ਦੇ ਵਿੱਚ ਅੱਗੇ ਫਰਦਰ ਟੈਸਟ ਵੀ ਕਰਾਏ ਜਾਣਗੇ। ਸੋ ਜਿਹੜਾ ਇਹਦਾ ਏਮ ਆ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਇਨੀਸ਼ੀਅਲ ਸਟੇਜ ਦੇ ਉੱਤੇ ਉਹਨਾਂ ਦੇ ਫੈਮਿਲੀ ਮੈਂਬਰਸ ਦੀ ਸਕਰੀਨਿੰਗ ਕਰਕੇ ਜਿਹੜੇ ਪ੍ਰੋਨ ਨੇ ਕਿਸੇ ਵੀ ਡਿਜ਼ੀਜ਼ ਦੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ। ਸੋ ਇਹਦੇ ਵਿੱਚ ਅੱਜ ਅਸੀਂ ਇਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਮੈਕਸੀਮਮ ਪਾਰਟਿਸਪੇਟ ਕਰਨ, ਜੋ ਸਾਡੇ ਡੀਸੀਪੀ ਸਾਹਿਬ ਅਸ਼ਵਨੀ ਕਪੂਰ ਜੀ ਆ ਔਰ ਏਡੀਸੀਪੀ ਹੈੱਡਕੁਆਰਟਰ ਦੀਪਕ ਪਾਰਕ ਜੀ। ਟਿੰਕੂ ਦੇ ਨਾਲ ਬਿਊਰੋ ਰਿਪੋਰਟ, ਕੇਡੀਟੀ ਨਿਊਜ਼ ਲੁਧਿਆਣਾ। ਔਰ ਕੋਸ਼ਿਸ਼ ਆ ਕਿ 1000 ਦੇ ਆਸ ਪਾਸ ਅਸੀਂ ਜਿਹੜੇ ਨੇ ਸਾਡੇ ਮੁਲਾਜ਼ਮ ਜਾਂ ਉਹਨਾਂ ਦੀਆਂ ਫੈਮਿਲੀਜ਼ ਦਾ ਚੈੱਕਅਪ ਕੀਤਾ ਜਾਵੇ ਅੱਜ।